देखो लगभग सानू 20 दिन हो गए डीसी दफ्तरां दे विच असी धरना दे के बैठे हुए हैं पंजाब पद्धरी तां उहदे विच असी डीसी दफ्तरां ते पीसफुली बैठे हाँ मंत्रियों के घरां दे घराओ भी किते आ MP राज सभा लोक सभा नूं मंग पत्र भी दित्ते डीसी दफ्तरां दे घराओ भी किते अर्थियां भी साड़ियां वा ते पीसफुली तरीके नाल असी जिहड़ा मोर्चा चला रहे हैगे हाँ उहदे नाल नाल जदों सरकार ने सुणिया नहीं साडा ऐलान सीगा भी 1 महीने वास्ते जिहड़े आ पंजाब दे टोल फ्री करांगे तो अज असी जिहड़ा वा टोल फ्री जिहड़े आपां खड़े हाँ इह अमृतसर ते कश्मीर दी वड्डी सड़क हैगी हाईवे आ अज कथू नगर टोल प्लाजा भी तुहानूं विखा फ्री चल रहा ते पंजाबियां नूं राहत देण दी असी कोशिश कीती आ भी पंजाबियां नूं राहत दित्ती जा सके। देखो मुख मंग तां साडी उही आ जिहड़ा चीज़ किसान पैदा कर रहा ਤੁਸੀਂ ਉਹਦਾ ਲਾਗਤ ਖਰਚਾ ਵੀ ਸਾਨੂੰ ਦਿੰਦੇ ਨਹੀਂ ਹੈਗੇ ਖਾਦਾਂ ਦੇ ਦਵਾਈਆਂ ਦੇ ਡੀਜ਼ਲ ਦੇ ਖੇਤੀ ਮਸ਼ੀਨਰੀ ਦੇ ਬੀਜਾਂ ਦੇ ਰੇਟ ਵੀ ਨਹੀਂ ਪੂਰੇ ਹੁੰਦੇ ਤਾਂ ਫਿਰ ਤੁਸੀਂ ਕਿਸਾਨ ਸਰਵਾਈਵ ਕਿੱਦਾਂ ਕਰੂਗਾ ਜੇ ਅਰਥਚਾਰਾ ਖੇਤੀ ਦਾ ਅਰਥ ਹੈ ਪੰਜਾਬ ਦਾ ਖੇਤੀ ਮਾਰੀ ਗਈ ਤਾਂ ਪੰਜਾਬ ਮਾਰਿਆ ਗਿਆ ਭਗਵੰਤ ਮਾਨ ਸਰਕਾਰ ਵੀ ਭੱਜ ਨਿਕਲੀ ਵੀ ਇਹ ਕੇਂਦਰ ਕਰੂਗਾ ਕੇਂਦਰ ਕਹਿੰਦਾ ਪੰਜਾਬ ਕਰੂਗਾ ਕੇਂਦਰ ਤਾਂ ਪਹਿਲੋਂ ਸਾਡਾ ਪੰਜਾਬੀਆਂ ਦਾ ਦੁਸ਼ਮਣ ਆ ਮੈਨੂੰ ਨਹੀਂ ਲੱਗਦਾ ਉਹ ਸਾਡੀ ਸੁਣਨ ਵਾਲੇ ਹੈਗੇ ਨੇ ਪੱਕੀ ਗੱਲ ਆ ਗੰਭੀਰਤਾ ਹੈ ਹੀ ਨਹੀਂ ਸੱਤਾ ਜਦੋਂ ਨਹੀਂ ਹੁੰਦੀ ਉਦੋਂ ਦਾ ਸਾਰਾ ਕੁਝ ਵਾਜਬ ਹੁੰਦਾ ਜਾਇਜ਼ ਹੁੰਦਾ ਕਿਸਾਨਾਂ ਦੇ ਪੁੱਤ ਵੀ ਹੁੰਦੇ ਆਮ ਘਰਾਂ 'ਚ ਉਹ ਕਹਿੰਦੇ ਗੱਲਾਂ ਕਰਦੇ ਆ ਜਦੋਂ ਸੱਤਾ ਮਿਲ ਜਾਂਦੀ ਆ ਫਿਰ ਟੋਟਲੀ ਖਜ਼ਾਨੇ 'ਚ ਹੈ ਨਹੀਂ ਗਾ ਜੀ ਖਜ਼ਾਨੇ ਦੇਣ ਨੂੰ ਕੁਛ ਨਹੀਂ ਹੈਗਾ ਆਮ ਆਦਮੀ ਪਾਰਟੀ ਖਜ਼ਾਨਾ ਜਿਹੜਾ ਗੁਜਰਾਤ ਦੇ ਵਿੱਚ ਦਿੱਲੀ ਦੀਆਂ ਇਲੈਕਸ਼ਨਾਂ ਵਿੱਚ ਤਾਂ ਪੰਜਾਬ ਦਾ ਖੁੱਲ੍ਹ ਕੇ ਲਟਾਉਂਦੀ ਆ ਪਰ ਕਿਸਾਨਾਂ ਮਜ਼ਦੂਰਾਂ ਲਈ ਕੁਛ ਨੂੰ ਕਹਿੰਦੇ ਹੈਗਾ ਸੋ ਸਰਕਾਰਾਂ ਅਸਲ ਵਿੱਚ ਉਹਨਾਂ ਦੀ ਨੀਅਤ ਅਤੇ ਨੀਤੀ ਕਿਸਾਨ ਪੱਖੀ ਹੈ ਹੀ ਨਹੀਂ। ਦੇਖੋ ਹਾਲੇ ਉਹਦੀ ਕਨਫਰਮ ਚਿੱਠੀ ਨਹੀਂ ਹੈਗੀ ਹਾਂ ਵਾਅਦਾ ਕੀਤਾ ਵਾ ਤਰਨ ਤਾਰਨ ਵਾਲਿਆਂ ਵੀ ਅਸੀਂ ਕਰਾਂਗੇ ਜੇ ਮੀਟਿੰਗ ਕਰਕੇ ਇਕੱਲੇ ਭਰੋਸੇ ਹੀ ਦੇਣੇ ਆ ਪਹਿਲੋਂ ਮੀਟਿੰਗ 7 ਸਤੰਬਰ ਦੀ ਉਹ ਤਾਂ ਬੈਨੀਫਿਟ ਨਹੀਂ ਮੀਟਿੰਗ ਕਰਕੇ ਅਮਲ 'ਚ ਗੱਲਾਂ ਹਕੀਕਤ 'ਚ ਲਾਗੂ ਕੀਤੀਆਂ ਜਾਣ ਅਤੇ ਅਸੀਂ ਅੰਦੋਲਨ ਕਰਨ ਅਣਖ ਦਾ ਸਵਾਲ ਨਹੀਂ ਗਾ ਅਸੀਂ ਅੰਦੋਲਨ ਵਾਪਸ ਵੀ ਲੈ ਸਕਦੇ ਹਾਂ। ਨੀਅਤ ਹੀ ਨਹੀਂ ਹੈਗੀ ਨੀਅਤ ਹੈਗੀ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਬਣਾਉਣ ਦੀ ਇਸ ਕਿਸਮ ਦੇ ਸਥਾਪਿਤ ਕਰਨਾ ਕਿਸਾਨ ਮਜ਼ਦੂਰ ਦੀ ਗੱਲ ਸੁਣਨਾ ਨੀਤ ਨਹੀਂ ਹੈਗੀ ਹਾਲ ਦੀ ਘੜੀ ਇਹ ਚਲਾਵਾਂਗੇ ਅਤੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ। ਬਿਲਕੁਲ ਕਿਉਂ ਨਹੀਂ ਜਦੋਂ ਲੋਕਾਂ ਲਈ ਅਸੀਂ ਕੰਮ ਕਰ ਰਹੇ ਪੰਜਾਬ ਦੀ ਗੱਲ ਕਰ ਰਹੇ ਪੰਜਾਬੀਆਂ ਦਾ ਸੰਘਰਸ਼ ਆ ਪੰਜਾਬ ਉੱਜੜ ਰਿਹਾ ਪੰਜਾਬੀ ਆਉਣਗੇ ਸਾਡੇ ਨਾਲ ਜਿਹੜੇ ਟੋਲ ਮੁਲਾਜ਼ਮ ਆ ਉਹਨਾਂ ਦੀ 1 ਮਹੀਨੇ ਦੀ ਤਨਖਾਹ ਪਾਵਾਂਗੇ ਕੰਪਨੀ ਟੋਲ ਖਤਮ ਕਰਨ ਤੋਂ ਬਾਅਦ ਟੋਲ ਦਾ ਟੈਕਸ ਨਹੀਂ ਵਧਾਊਗੀ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਊਗੀ।